घर छोड़ के जा रही हूँ। रोटी बंद, एक टाइम रोटी मिलेगी तानू, सिर्फ एक टाइम रोटी खाओ। तो मोटी तू मोड़ दे। ठीक है तुम मैंने उन्हें कुछ नहीं, मैं मजाक कर रहा थी यार, मैं तेरे को रिमोट मांग रहा हूं खाली। मजाक ਹੁੰਦਾ ਤੁਸੀਂ ਸਲਿਮ ਡ੍ਰਿਮ ਬੰਦੇ ਨੂੰ, ਤੁਸੀਂ ਮੋਟਾ ਕਹਿ ਰਹੇ ਹੋ। ਆਪ ਤਾਂ ਤੁਸੀਂ ਬੁਲਡੋਜ਼ਰ ਬਣ ਕੇ ਘੁੰਮਦੇ ਰਹਿੰਦੇ ਹੋ। ਪੈਰ ਦੇਖੋ ਜਰਾ ਆਪਣਾ, ਮੈਂ ਤੁਹਾਨੂੰ ਮੋਟੀ ਦਿਖਾਈ ਦੇ ਰਹੀ ਆ। ਯਾਰ ਤੂੰ ਮੈਨੂੰ ਕਿਉਂ ਬੋਲ ਰਹੀ ਐ ਫਿਰ? ਤੁਸੀਂ ਮੈਨੂੰ ਮੋਟੀ ਕਿਉਂ ਕਿਹਾ? ਮੈਂ ਮੇਰੇ ਕੰਨ ਵੱਜ ਰਹੇ ਜੋ ਮੈਂ ਗਲਤ ਸੁਣ ਲਿਆ। ਤੂੰ ਮਜ਼ਾਕ ਕਰ ਰਹੀ ਸੀ ਤੇਰੇ ਨਾਲ ਯਾਰ, ਮਤਲਬ ਮੈਂ ਮਜ਼ਾਕ ਵੀ ਨਾ ਕਰਾਂ ਹੁਣ? ਮੈਂ ਮਜ਼ਾਕ ਲੱਗ ਰਹੀ ਆ ਤੁਹਾਨੂੰ? ਮੈਂ ਕਿਸੇ ਐਂਗਲ ਤੋਂ ਤੁਹਾਨੂੰ ਮੋਟੀ ਲੱਗ ਰਹੀ ਆ ਜੋ ਤੁਸੀਂ ਮੇਰੇ ਨਾਲ ਮਜ਼ਾਕ ਕਰ ਰਹੇ ਹੋ ਮੋਟੇ ਵਾਲਾ? ਮੈਂ ਤੈਨੂੰ ਕਿਸੇ ਐਂਗਲ ਤੋਂ ਬੁਲਡੋਜ਼ਰ ਲੱਗ ਰਿਹਾ? ਹਾਂ ਲੱਗ ਰਿਹਾ। ਪੇਟ ਦੇਖੋ ਆਪਣਾ, ਕੀ ਦੇਖਾ? ਇੰਨਾ ਮੋਟਾ ਹੋ ਰਿਹਾ ਹੈ, ਮੋਟੇ ਬੰਦੇ ਨੂੰ ਮੋਟਾ ਕਹਿ ਜਾਂਦਾ ਹੈ। ਠੀਕ ਹੈ ਯਾਰ, ਤਾਂ ਮਤਲਬ ਛੋਟੀ ਜੀ ਗੱਲ ਨੂੰ ਵਧਾ ਚੜਾ ਕੇ ਐਵੇਂ ਬਣਾ ਦਿੰਦੀ ਆ ਜਿਵੇਂ ਪਤਾ ਨਹੀਂ ਕੀ। ਤੁਸੀਂ ਮੈਨੂੰ ਮੋਟੀ ਕਿਵੇਂ ਕਹਿਤਾ ਯਾਰ? ਮੈਨੂੰ ਤੇ ਐ ਸਮਝ ਨਹੀਂ ਆ ਰਹੀ, ਮੈਨੂੰ ਨਾ ਮੋਟੀ ਨਾ ਕਿਆ ਕਰੋ ਯਾਰ, ਪਲੀਜ਼। ਪਹਿਲੇ ਨਾ ਆਪਣੇ ਵੱਲ ਦੇਖ ਲਓ, ਫਿਰ ਦੂਸਰਿਆਂ ਨੂੰ ਬੋਲਦੇ ਆ। ਆਪਣਾ ਸ਼ਰੀਰ ਤਾਂ ਤੁਸੀਂ ਇਵੇਂ ਰੱਖਿਆ ਹੋਇਆ ਜਿਵੇਂ ਬੁਲਡੋਜ਼ਰ ਹੋਏ, ਜਿਵੇਂ ਕੋਈ ਭੈਂਸ ਵਾਂਗੂ। ਇੱਕ ਗੱਲ ਦੱਸਦਾ, ਭੈਂਸ ਇਸਤਰੀਲਿੰਗ ਹੁੰਦੀ ਹੈ, ਮੈਂ ਕਰ ਲੂੰਗਾ, ਸੋ ਪਲੀਜ਼ ਇਸਤਰੀਲਿੰਗ ਔਰ ਪੁਲਿੰਗ ਦਾ ਹੋ ਨਾ ਕਰੋ, ਪਲੀਜ਼ ਮੈਨੂੰ ਮੋਟਾ ਨਾ ਕਰ, ਸਮਝ ਆ ਗਈ? ਤੇ ਤੁਸੀਂ ਪਲੀਜ਼ ਮੈਨੂੰ ਮੋਟਾ ਨਾ ਕਹੋ। ਇਹ ਮੈਂ ਕਹੀ ਹੈ ਪਹਿਲੇ ਗੱਲ, ਤੁਸੀਂ ਮੈਨੂੰ ਮੋਟਾ ਨਾ ਕਹੋ। ਮੈਂ ਪਹਿਲੇ ਕਹਿ ਰਹੀ ਆ ਥੋੜਾ ਸੁਧਰ ਜਾਓ, ਠੀਕ ਹੈ? ਨਹੀਂ ਤੇ ਤੁਹਾਡੀ ਰੋਟੀ ਰੁਟੀ ਬੰਦ ਕਰ ਦਾਂਗੀ। ਜੇ ਮੈਨੂੰ ਤੁਸੀਂ ਮੋਟਾ ਕਿਹਾ ਨਾ, ਹੁਣ ਦੇਖੋ ਮੈਂ ਤੁਹਾਨੂੰ ਦੱਸਦੀ ਆ, ਜ਼ਿਆਦਾ ਆਪਣੇ ਆਪ ਨੂੰ ਓਵਰ ਸਮਾਰਟ ਸਮਝਦੇ ਹੋ ਨਾ ਕਿ ਮੈਂ ਮਜ਼ਾਕੀ ਆ, ਮੈਂ ਮਜ਼ਾਕ ਬਹੁਤ ਕਰਦਾ, ਮੈਂ ਕੁਝ ਵੀ ਬੋਲਦਾ ਕਹਿੰਦੇ ਕੋਈ ਬੁਰਾ ਨਹੀਂ ਮੰਨੇਗਾ। ਉਸ ਤੋਂ ਬਾਅਦ ਨਾ ਮੈਂ ਤੁਹਾਨੂੰ ਪਤਲਾ ਕਰਕੇ ਦਿਖਾਵਾਂਗੀ, ਦੇਖਣਾ ਤੁਸੀਂ ਪਛਤਾਓਗੇ ਕਿ ਯਾਰ ਮੈਂ ਹਨੀ ਨੂੰ ਮੋਟਾ ਕਿਉਂ ਬੋਲਿਆ। ਹੋਰ ਚਾਰ ਬੰਦਿਆਂ ਚ ਵੀ ਅਗਰ ਜੇ ਤੁਸੀਂ ਕਿਸੇ ਨੂੰ ਮੋਟਾ ਕਿਹਾ ਨਾ, ਤਾਂ ਵੀ ਤੁਸੀਂ ਦੱਸ ਹੀ ਸੋਚੋਗੇ ਕਿ ਮੈਂ ਉਹਨੂੰ ਮੋਟਾ ਬੋਲਾਂ ਜਾਂ ਨਹੀਂ। ਤੁਹਾਡੀ ਰੋਟੀ ਬੰਦ, ਇੱਕ ਟਾਈਮ ਰੋਟੀ ਮਿਲੇਗੀ ਤੁਹਾਨੂੰ, ਸਿਰਫ ਇੱਕ ਟਾਈਮ ਰੋਟੀ ਖਾਓਗੇ ਤੇ ਪਤਲੇ ਹੋਗੇ। ਰੋਟੀ ਸਿਰਫ ਔਰ ਸਿਰਫ ਇੱਕ ਟਾਈਮ ਮਿਲੇਗੀ। ਯਾਰ ਪਲੀਜ਼ ਐਵੇਂ ਨਾ ਕਰ ਯਾਰ, ਮੈਂ ਕਹਿ ਰਿਹਾ ਮੇਰੇ ਤੋਂ ਗਲਤੀ ਹੋ ਗਈ ਆ, ਮੇਰੀ ਗੱਲ ਤਾਂ ਸੁਣ ਲੈ ਯਾਰ, ਮੈਂ ਅੱਜ ਤੋਂ ਬਾਅਦ ਤੈਨੂੰ ਮੋਟੀ ਨਹੀਂ ਬੋਲਾਂਗਾ, ਪਲੀਜ਼। ਪਰ ਐਵੇਂ ਨਾ ਕਰ ਯਾਰ, ਇੱਕ ਟਾਈਮ ਰੋਟੀ ਖਾ ਲਈ। ਮੈਨੂੰ ਪਤਾ ਹੀ ਆ ਤੁਸੀਂ ਨਹੀਂ ਬੋਲੋਗੇ ਮੋਟੀ, ਬੋਲ ਕੇ ਤੇ ਦਿਖਾਓ, ਲੱਤਾਂ ਨਾ ਬੰਨਦਾ ਮੈਂ ਡਾਡੀਆਂ, ਦੁਬਾਰਾ ਮੈਨੂੰ ਮੋਟੀ ਬੋਲੋ ਤੇ ਉਹ ਤੇ ਮੈਂ ਵਾਲੇ ਮੋਟੀ ਬੋਲਣ ਦੀ ਤੁਹਾਨੂੰ ਪਨਿਸ਼ਮੈਂਟ ਦਾਂਗੀ। ਹੁਣ ਤੁਸੀਂ ਦੇਖਣਾ ਤੁਸੀਂ ਮੈਨੂੰ ਮੋਟੀ ਬੋਲਿਆ ਕਿਵੇਂ? ਪਨਿਸ਼ਮੈਂਟ ਇੱਕ ਦਿਨ ਦੀ ਦੇ ਦੇ, ਤੂੰ ਐਵੇਂ ਰੋਟੀ ਖੋਈ ਕਿਉਂ ਛੱਡ ਰਹੀ ਐ? ਤੁਹਾਨੂੰ ਪਤਾ ਚੱਲੇਗਾ ਨਾ ਕਿ ਕਿਸੇ ਨੂੰ ਮੋਟਾ ਬੋਲਣ ਦਾ ਕੀ ਉਹ ਹੁੰਦਾ। ਆਰਾ ਦੋ ਤੁਸੀਂ, ਤੁਹਾਨੂੰ ਪਤਾ ਚੱਲੇਗਾ। ਹੁਣ ਅੱਗੇ ਤੋਂ ਨਾ ਕਿਸੇ ਨੂੰ ਮੋਟਾ ਬੋਲਣ ਤੋਂ ਪਹਿਲੇ ਨਾ ਪਹਿਲੇ 10 ਵਾਰੀ ਸੋਚ ਲਿਆ ਕਰੋ। ਮੈਂ ਕਿਸੇ ਨੂੰ ਕਿਉਂ ਬੋਲਾਂਗਾ? ਮੈਂ ਤਾਂ ਤੈਨੂੰ ਪਿਆਰ ਨਾਲ ਬੋਲਿਆ ਸੀ। ਮੈਨੂੰ ਵੀ ਕਿਉਂ ਬੋਲਿਆ? ਇਹੋ ਜਿਹਾ ਪਿਆਰ ਨਹੀਂ ਚਾਹੀਦਾ ਮੈਨੂੰ ਕਿ ਜੋ ਬੰਦਾ ਸਲਿਮ ਡ੍ਰਿਮ ਹੋਏ ਉਹਨੂੰ ਮੋਟਾ ਬੋਲੋ ਤੁਸੀਂ। ਚਲ ਇਹ ਠੀਕ ਹੈ, ਮੈਂ ਤੇਰਾ ਤੂੰ ਸਲਿਮ ਡ੍ਰਿਮ ਹੈ, ਤੈਨੂੰ ਮੈਂ ਮੋਟਾ ਨਹੀਂ ਬੋਲ ਰਿਹਾ ਮੈਂ, ਪਰ ਤੂੰ ਬਦਸੂਰਤ ਹੈ ਇਹ ਤਾਂ ਬੋਲ ਸਕਦਾ ਤੈਨੂੰ ਮੈਂ। ਚਲੇ ਜਾ, ਤੁਸੀਂ ਮੇਰਾ ਦਿਮਾਗ ਖਰਾਬ ਨਾ ਕਰੋ, ਸਮਝ ਆ ਰਹੀ ਹੈ? बदसूरत गंदी छोटी मोटी कुड़िया नाल कोई विआह नहीं हुंदा, सिर्फ खूबसूरत कुड़िया नाल ही विआह हुंदा बस, हर किसी दा। तू अपने आप नूं की समझदी आ? तू बिल्कुल ही मतलब है कि तू कुछ इंटेलिजेंट की इंटेलिजेंट की दिमाग खराब ना करो, ठीक है? मैं मम्मी नूं फोन करके दस रही हूँ, मम्मी इन्होंने मैनूं मोटी कहा और मैं घर छोड़ के जा रही हूँ। एक टाइम दी रोटी देंदी है ना, तेरी मम्मी नूं कहांगा हुण मैं फोन करके, देखी फिर तू की होंदा तेरे नाल। अच्छा अच्छा ठीक है यार, दे दांगी ना रोटी। नहीं हुण क्यों आई, हुण क्यों आई, हुण तो तेरी मम्मी नूं शिकायत लावांगा सारी तेरी। क्यों लावांगा मेरी मम्मी नूं शिकायत? रोटी मिलती है ना, जिस दिन नहीं मिलेगी उस दिन लगा देना। कि तू तो मना करता, रोटी दांगी नहीं। मम्मी नूं शिकायत लगा दोगे ना, इसलिए देनी है ताकि मम्मी तो मेनू डांट ना पाए। खाली डांट की हो गया, इंटेलिजेंट औरत। जाओ निकलो इत्थों दी अपना मोटा पेट लाके।